ਸਤਿ ਸ਼੍ਰੀ ਅਕਾਲ ਥੋੜਾ ਸਾਡੇ ਚੈਨਲ ਤੇ ਸਵਾਗਤ ਹੈ। ਹੋਪ ਹੈ ਕਿ ਸਭ ਵਧੀਆ ਹੋਵੋਗੇ। ਹਾਂਜੀ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਅਸੀਂ ਜਿਗਜੈਗ ਲੈਸ ਨੂੰ ਪਾਈਪਿੰਗ ਦੀ ਤਰ੍ਹਾਂ ਯੂਜ਼ ਕਰ ਸਕਦੇ ਹਾਂ ਤੇ ਨਾਲ ਹੀ ਅਸੀਂ ਸਪੈਰੋਸ ਕਿੱਥੋਂ ਲਈਆਂ ਨੇ। ਸਭ ਤੋਂ ਪਹਿਲਾਂ ਅਸੀਂ ਰੈਕਟੈਂਗੂਲਰ ਸ਼ੇਪ ਦਾ ਇੱਕ ਨੈਕ ਲੈ ਲਿਆ ਏ। ਉਹਨੂੰ ਕੱਪੜੇ ਤੇ ਪੇਸਟ ਕਰ ਲਿਆ ਏ ਤੇ ਐਵੇਂ ਅੱਧਾ-ਅੱਧਾ ਇੰਚ ਦਾ ਕੱਪੜਾ ਅਸੀਂ ਛੱਡ ਲਿਆ ਏ। ਇਸ ਤੋਂ ਬਾਅਦ ਅਸੀਂ ਜਿਗਜੈਗ ਲੈਸ ਨੂੰ ਫਰੰਟ ਸਾਈਡ ਰੱਖਦੇ ਹੋਏ ਇੱਕ ਸਿਲਾਈ ਲਾਵਾਂਗੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਇਸ ਨੂੰ ਫੋਲਡ ਕਰਕੇ ਆਪਣੀ ਲੈਸ ਲਗਣੀ ਹੈ ਐਦਾਂ ਤੁਸੀਂ ਇਹਨੂੰ ਫਰੰਟ ਸਾਈਡ ਤੋਂ ਜੋ ਤੁਹਾਡੀ neck ਦੀ ਫਰੰਟ ਸਾਈਡ ਹੈ ਉੱਥੇ ਰੱਖਦੇ ਹੋਏ ਸਿਲਾਈ ਲਾ ਲਾਂਗੇ ਹਾਂਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਐਵੇਂ ਤੁਸੀਂ ਇਹਨੂੰ ਕੰਪਲੀਟ ਕਰ ਲੋਗੇ ਹਾਂਜੀ ਹੁਣ ਤੁਸੀਂ ਜੋ ਇੰਟਰਨਲ ਸਾਈਡ ਹੈ ਆਪਣੇ ਨੈੱਕ ਦੀ ਉਸ ਤੇ ਮਾਰਕ ਕਰ ਲੈਣਾ ਹੈ ਤਾਂ ਜੋ ਅਸੀਂ ਈਜ਼ਲੀ ਲੈਸ ਲਾ ਸਕੀਏ ਐਵੇਂ ਰੱਖਦੇ ਹੋਏ ਤੁਸੀਂ ਲੈਸ ਨੂੰ ਜਿਵੇਂ ਤੁਸੀਂ ਪਹਿਲਾਂ ਲੈਸ ਲਾਈਏ ਉਦਾਂ ਹੀ ਐਵੇਂ ਲੈਸ ਲਾ ਲੋਗੇ ਹਾਂਜੀ ਐਵੇਂ ਦੀ ਨਵੇਂ-ਨਵੇਂ ਆਈਡੀਆਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹਾਂਜੀ ਐਵੇਂ ਆਪਣਾ ਨੈੱਕ ਬਣ ਕੇ ਹੁਣ ਰੈਡੀ ਹੈ ਇਸ ਤੋਂ ਬਾਅਦ ਅਸੀਂ ਇਹ ਸਾਡੀ ਫਰੰਟ ਸਾਈਡ ਹੈ ਇਸ ਨੂੰ ਬੈਕ ਸਾਈਡ ਤੋਂ ਕੱਟ ਲਾ ਲਾਂਗੇ ਜਿੱਥੇ ਅਸੀਂ ਇਹ ਡਿਜ਼ਾਈਨ ਬਣਾਉਣਾ ਹੈ ਕੱਟ ਲਾਉਂਦੇ ਹੋਏ ਤੁਸੀਂ ਐਵੇਂ ਇਹਨੂੰ neck ਨੂੰ ਇੱਕ ਸਿਲਾਈ ਲਾ ਕੇ ਪੇਸਟ ਕਰ ਲੋਗੇ ਇਸ ਤੋਂ ਬਾਅਦ ਤੁਸੀਂ ਜੋ ਨਾਰਮਲੀ neck ਨੂੰ ਜਿਵੇਂ ਬਣਾਉਂਦੇ ਹੋ ਉਵੇਂ ਇੱਕ ਇੱਕ ਸਿਲਾਈ ਲਾ ਲੋਗੇ ਇਸ ਤੋਂ ਬਾਅਦ ਅਸੀਂ ਅੰਦਰੋਂ ਇਹਨੂੰ ਥੋੜੇ ਥੋੜੇ ਕੱਟ ਲਾ ਲੈਣੇ ਨੇ ਤਾਂ ਜੋ ਸਾਡਾ इजीली ਫੋਲਡ ਹੋ ਸਕੇ ਐਦਾਂ ਕਰਦੇ ਹੋਏ ਤੁਸੀਂ neck ਨੂੰ ਸਿੱਧਾ ਕਰ ਲੈਣਾ ਹੈ ਤੇ ਇੱਕ ਇੱਕ ਸਲਾਈ ਲਾ ਲੈਣੀ ਹੈ ਦੇਖੋ ਐਵੇਂ ਜਿਵੇਂ ਥੋੜੀ ਥੋੜੀ ਪਾਈਪਿੰਗ ਸ਼ੋ ਹੁੰਦੀ ਹੈ ਐਵੇਂ ਆਪਣੇ ਡਿਜ਼ਾਈਨ ਵਿੱਚ ਪਾਈਪਿੰਗ ਸ਼ੋ ਹੋਣੀ ਹੈ ਇਸ ਤੋਂ ਬਾਅਦ ਤੁਸੀਂ ਇਹਦਾ ਹਾਫ ਕਰ ਲੈਣਾ ਹੈ ਆਪਣੇ neck ਦਾ ਤੇ ਅਸੀਂ 9 ਇੰਚ ਤੇ ਮਾਰਕ ਕਰਾਂਗੇ ਇਧਰੋਂ ਤੁਸੀਂ ਆਪਣੀ ਫੀਟਿੰਗ ਵੱਲੋਂ ਵੀ ਇਹਨੂੰ ਸੈਂਟਰ ਕਰ ਲੈਣਾ ਹੈ ਤੇ ਸੈਂਟਰ ਕਰਦੇ ਹੋਏ ਐਵੇਂ ਇੱਕ ਲਾਈਨ ਲਾ ਲਾਂਗੇ ਇਨ 9 ਇੰਚ ਦੀ ਹੈ ਤੇ ਇਸ ਤੋਂ ਬਾਅਦ ਅਸੀਂ ਜੋ neck ਦੇ ਸੈਂਟਰ ਵਾਲੇ ਪੁਆਇੰਟ ਤੋਂ ਅਸੀਂ 6 ਇੰਚ ਦਾ ਮਾਰਕ ਕਰ ਲਾਂਗੇ ਇਸ ਤੋਂ ਬਾਅਦ ਦੂਜੀ ਸਾਈਡ ਤੋਂ ਵੀ ਅਸੀਂ 6 ਇੰਚ ਦਾ ਹੀ ਨਿਸ਼ਾਨ ਲਾ ਲਾਂਗੇ ਇਹਨਾਂ ਦੇ ਵਿੱਚ ਜੋ ਸਪੇਸ ਹੈ ਉਹ 2.5 ਇੰਚ ਹਾਂਜੀ ਹੁਣ ਅਸੀਂ ਇਸ ਤੋਂ ਬਾਅਦ ਜਿਗਜੈਗ ਲੈਸ ਨੂੰ ਜਿੱਥੇ ਅਸੀਂ ਸੈਂਟਰ ਵਾਲਾ ਪੁਆਇੰਟ ਮਾਰੇ ਕਰਿਆ ਸੀ ਉਥੇ ਤੱਕ ਲੈਸ ਲਾ ਲਾਂਗੇ ਕਟਿੰਗ ਕਰਦੇ ਹੋਏ ਇੱਕੇ ਅਸੀਂ ਬਲੈਕ ਕਲਰ ਦਾ ਕਪੜਾ ਯੂਜ਼ ਕਰਿਆ ਏ ਇਹ ਅਸੀਂ ਤਾਂ ਯੂਜ਼ ਕਰਿਆ ਏ ਜੋ ਸਾਡੀ ਸਪੈਰੋਸ ਨੇ ਤੇ ਜਿਗਜੈਗ ਲੈਸ ਦੋਨਾਂ ਦਾ ਕਲਰ ਪਿੰਕ ਹੈ ਤੇ ਫਿਰ ਜਦੋਂ ਅਸੀਂ ਉਹਨਾਂ ਨੂੰ ਲਾਉਣਾ ਸੀ ਤਾਂ ਇਹਨੇ ਵਧੀਆ ਨਹੀਂ ਲੱਗਣੇ ਸੀ ਇਸ ਲਈ ਅਸੀਂ ਵਿੱਚ ਬਲੈਕ ਕਲਰ ਦਾ ਯੂਜ਼ ਕਰਿਆ ਏ ਐਦਾਂ ਕਰਦੇ ਹੋਏ ਅਸੀਂ ਸਾਰਾ ਕੰਪਲੀਟ ਆਹ ਕਰ ਲਿਆ ਏ ਐਵੇਂ ਕਰਕੇ ਰੈਡੀ ਏ ਇਹ ਜੋ ਸਪੈਰਸ ਨੇ ਅਸੀਂ ਐਵੇਂ ਫਰੰਟ ਸਾਈਡ ਤੋਂ ਲਈਆਂ ਨੇ ਇਹ ਸਾਡੀ ਕੁੜਤੀ ਵਿੱਚ ਤਿਆਰ ਸੀ ਅਸੀਂ ਉਹਨਾਂ ਨੂੰ ਕਟਿੰਗ ਕਰਿਆ ਏ ਹਾਂਜੀ ਇਹ ਸਪੈਰਸ ਨੂੰ ਤੁਸੀਂ ਪਹਿਲਾਂ ਸੈੱਟ ਕਰਕੇ ਦੇਖ ਲਓ ਜ ਚੌਕ ਦੀ ਹੈਲਪ ਨਾਲ ਇਸ ਨੂੰ ਥੋੜਾ ਜਿਹਾ ਮਾਰਕ ਕਰ ਲਓ ਇਸ ਤੋਂ ਬਾਅਦ ਅਸੀਂ ਫੈਬਰਿਕ ਗਲੂ ਲਾ ਲਾਂਗੇ ਥੋੜਾ ਕਿ ਉੱਪਰ ਇਸ ਨੂੰ ਇਸ ਤੋਂ ਬਾਅਦ ਸिलाई ਵੀ ਲਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੀ ਕਿਵੇਂ ਤੁਸੀਂ ਸिलाई ਲਾ ਸਕਦੇ ਹੋ ਐਵੇਂ ਲਾਉਂਦੇ ਹੋਏ ਇਸ ਨੂੰ ਪੇਸਟ ਕਰ ਲੈਣਾ ਹੈ ਜਿੱਥੇ ਤੁਸੀਂ ਮਾਰਕ ਕਰਿਆ ਸੀ ਐਵੇਂ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਦੇ ਹੋਏ ਪੇਸਟ ਕਰ ਲੈਣਾ ਹੈ ਐ ਏ ਆਪਣਾ neck ready ਹੈ ਇਸ ਤੋਂ ਬਾਅਦ ਅਸੀਂ ਇੱਕ ਇੱਕ ਸिलाई ਲਾ ਲਾਂਗੇ ਜੋ ਪਿੰਕ ਵਾਲੀ ਸਾਈਡ ਪਿੰਕ ਜਿਵੇਂ ਆਪਣੀ ਸਪੈਰੋ ਹੈ ਤਾਂ ਅਸੀਂ ਪਿੰਕ ਕਲਰ ਦੇ ਧਾਗੇ ਨਾਲ ਸिलाई ਲਾਉਣੀ ਹੈ ਜਿੱਥੇ ਬਲੈਕ ਹੈ ਉੱਥੇ ਬਲੈਕ ਕਲਰ ਦੇ ਧਾਗੇ ਨਾਲ ਲਾਉਣੀ ਹੈ ਇਸ ਦੇ ਨਾਲ ਤੁਹਾਡਾ ਪਤਾ ਨਹੀਂ ਲੱਗਣਾ ਕਿ ਕਿਵੇਂ ਤੁਸੀਂ ਇਸ ਨੂੰ ਪੇਸਟ ਕਰਿਆ ਹੈ ਐਦਾਂ ਕਰਦੇ ਅਸੀਂ ਸिलाई ਲਾ ਲਈਏ ਦੇਖੋ ਬਿਲਕੁਲ ਵੀ ਸ਼ੋ ਨਹੀਂ ਹੁੰਦਾ ਕਿ ਅਸੀਂ ਕਿਵੇਂ ਪੇਸਟ ਕਰੀਏ ਇਹ ਆਪਣਾ neck ਬਣ ਕੇ ਰੈਡੀ ਹੈ ਹਾਂਜੀ ਐਵੇਂ ਦੇ ਆਈਡੀਆਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੀ ਵੀਡੀਓ ਵਿੱਚ